2 ਸਤੰਬਰ ਨੂੰ ਮੁੜ ਤੋਂ ਲੁਧਿਆਣਾ ਦੇ ਸਾਹਨੇਵਾਲੇ ਏਅਰਪੋਰਟ ਤੇ ਸ਼ੁਰੂ ਹੋਣ ਵਾਲੀ ਡੋਮੈਸਟਿਕ ਫਲਾਈਟ ਇਸ ਵਾਰ ਰਾਜਨੀਤੀ ਦੀ ਭੇਂਟ ਚੜ ਕੁਝ ਸਮੇਂ ਬਾਅਦ ਬੰਦ ਨਹੀਂ ਹੋਵੇਗੀ ਤੇ ਕੰਟੀਨਿਊ ਜਾਰੀ ਰਹੇਗੀ। ਇਸ ਦਾ ਪ੍ਰਗਟਾਵਾ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਆਪਣੇ ਸ਼ਹਿਰ ਫੇਰੀ ਦੌਰਾਨ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕੀਤਾ। ਨਾਲ ਹੀ ਉਹਨਾਂ ਕਿਹਾ ਕਿ ਇਸ ਡੋਮੈਸਟਿਕ ਫਲਾਈਟ ਦੇ ਸ਼ੁਰੂ ਹੋਣ ਨਾਲ ਸ਼ਹਿਰ ਦੇ ਉਦਯੋਗਪਤੀਆਂ ਨੂੰ ਕਾਫੀ ਫਾਇਦਾ ਹੋਵੇਗਾ। ਔਰ ਮੈਂ ਅਗਰ ਮੈਂ ਆਪਣੀ ਬਾਤ ਕਰੂੰ ਤਾਂ ਇਸ ਸੇ ਖੁਸ਼ੀ ਕੀ ਕੋਈ ਬਾਤ ਨਹੀਂ ਹੋ ਸਕਦੀ, ਕਿਉਂਕਿ ਲਗਾਤਾਰ ਇੰਡਸਟਰੀ ਕੀ ਇਹ ਮੰਗ ਥੀ, ਲੁਧਿਆਣੇ ਕੀ ਇਹ ਮੰਗ ਥੀ, ਔਰ ਵੋ ਅਬ 2 ਤਰੀਕ ਕੋ ਵੋ ਸੱਚ ਹੋਣੇ ਜਾ ਰਹੀ ਹੈ। ਔਰ ਅਕੇਲੀ ਇਹ ਨਹੀਂ, ਅਗਲੇ ਮਹੀਨੇ ਦੂਸਰੀ ਫਲਾਈਟ, ਅਭੀ ਟਾਈਮਿੰਗ ਕਾ ਅਲੱਗ ਅਲੱਗ ਲੋਕੋਂ ਕੇ ਵਿਊ ਹੈ, ਲੇਕਿਨ ਇਹ ਅਗਰ ਸ਼ਾਮ ਕੋ ਚਲੇਗੀ ਤਾਂ ਦੂਸਰੀ ਫਲਾਈਟ ਸੁਬਹਾ ਚਲੇਗੀ, ਤੋ ਕੋਈ ਵੀ ਦਿੱਕਤ ਆਉਣੇ ਵਾਲੀ ਨਹੀਂ ਹੈ। ਮੈਂ ਪੰਜਾਬ ਗਵਰਨਮੈਂਟ ਕਾ ਖਾਸ ਤੌਰ ਪੇ ਔਰ ਇੰਡੀਆ ਗਵਰਨਮੈਂਟ ਕਾ, ਕਿਉਂਕਿ ਵਹਾਂ ਲਗਾਤਾਰ ਹਮ ਜੈਨ ਸਿਨਹਾ ਸੇ ਮਿਨਿਸਟਰੀ ਸੇ ਲਗੇ ਰਹੇ ਕੋਆਰਡੀਨੇਟ ਕਰਤੇ ਹੋਏ। ਔਰ ਇੱਕ ਬਾਤ ਜੋ ਥੀ ਉਹ ਆਤੇ ਹੀ ਪੰਜਾਬ ਗਵਰਨਮੈਂਟ ਸੇ ਹਮਨੇ ਕਰਵਾਈ, ਕਿਉਂਕਿ ਜੋ ਉਡਾਨ ਮੇਂ ਇੱਕ ਉਹਨੇ ਜੋ ਸਕੀਮ ਮੇਂ 2-3 ਇਸ਼ੂ ਥੇ ਵੀ ਅਗਰ 50% ਸੇ ਸੀਟੇਂ ਕਮ ਬੁੱਕ ਹੋਤੀ ਹੈ ਕਿਸੀ ਦਿਨ, ਤੋ ਉਸਮੇਂ 80% ਸੈਂਟਰ ਗਵਰਨਮੈਂਟ ਕਾ ਥਾ ਔਰ ਪੰਜਾਬ ਗਵਰਨਮੈਂਟ ਨੇ 20% ਆਪਣਾ ਸ਼ੇਅਰ ਡਾਲਨਾ ਥਾ, ਵੋ ਕਹੀਂ ਨਾ ਕਹੀਂ ਪੰਜਾਬ ਗਵਰਨਮੈਂਟ ਡਾਲ ਨਹੀਂ ਰਹੀ ਥੀ ਜੋ ਪਿਛਲੀ ਸਰਕਾਰ ਸੀ। ਆਤੇ ਹੀ ਹਮਨੇ ਕੈਪਟਨ ਅਮਰਿੰਦਰ ਸਿੰਘ ਜੀ ਸੇ ਇਹ ਬਾਤ ਕੀ ਜਾ ਕੇ, ਤੋ ਉਹਨੇ ਫੌਰੀ ਤੌਰ 'ਤੇ ਤੇਜਵੀਰ ਜੀ। ਲੁਧਿਆਣਾ ਤੋਂ ਯੋਗੇਸ਼ ਕਪੂਰ ਨਾਲ ਬਾਬੀ ਕਾਠੀਆ ਦੀ ਰਿਪੋਰਟ, ਚੈਨਲ 2।